ਇਹ ਨਾਮ ਕੀ ਰੱਖਿਆ ਇਹਦਾ? ਇਹਦਾ ਵਿੰਟੇਜ ਸਟੂਡੀਓ ਐਂਡ ਸਟੇਬਲ। ਵਿੰਟੇਜ ਸਟੂਡੀਓ ਐਂਡ ਸਟੇਬਲ ਸਟੇਬਲ। ਇਹ ਏਰੀਆ ਕਿੰਨਾ ਟੋਟਲ? 2 ਕਿੱਲੇ ਆਇਆ ਭਾਜੀ, ਬਾਕੀ ਆਪਣੀ ਬਾਕੀ ਪਿੱਛੇ ਜ਼ਮੀਨ ਹੈਗੀ, ਉਧਰ ਸ਼ੂਟ ਕਰਾਈਦਾ, ਦੂਜੀ ਮੋਟਰ ਤੇ ਕਰਾਈਦਾ ਸ਼ੂਟ। ਪ੍ਰੀ ਵੈਡਿੰਗ ਦਾ ਭਾਜੀ ਆਪਣਾ 12,000 ਆ। ਅੱਛਾ, ਜੋ ਮਰਜ਼ੀ ਯੂਜ਼ ਕਰੋ ਉਹਦੇ ਵਿੱਚ, ਘੋੜਾ, ਟਰੈਕਟਰ, ਬੁਲਟ, ਜੀਪ, ਰਾਜਦੂਤ, ਸਕੂਟਰ, ਇੱਕ ਪੁਰਾਣਾ ਸਕੂਟਰ ਆ, ਉਹ ਸਾਰਾ ਇਨਕਲੂਡ ਹੀ ਆ, ਅਸੈਸਰੀ ਵੀ ਹੈਗੀ, ਕੈਂਠਾ ਖੁੰਡਾ। ਫਿਲਮ ਕਿਹੜੀ ਸ਼ੂਟ ਹੋ ਗਈ ਫਿਰ ਉਹਦੇ? ਇੱਥੇ ਭਾਜੀ ਜਾਣਾ ਮੋੜ ਹੋਈ ਆ। ਉੱਤੇ ਕਿੰਨਾ ਕੁ ਲੱਗ ਗਿਆ ਫਿਰ ਵੀ? ਉੱਤੇ ਤਾਂ ਭਾਜੀ ਕਾਫੀ ਲੱਗ ਗਿਆ, 2.5 ਕਰੋੜ ਲੱਗ ਚੁੱਕਾ। 2 ਕਰੋੜ ਹੁਣ ਤੱਕ ਲੱਗ ਚੁੱਕਾ। ਇਹ ਸਾਰਾ ਇਨਡੋਰ ਆ ਤੇ ਇਹ ਸਾਰਾ ਏਸੀ ਆ? ਸਾਰਾ ਏਸੀ ਆ ਭਾਜੀ। ਇਹ ਵੀ ਵਿੱਚ ਹੀ ਆ ਜਿਹੜਾ ਆਪਾਂ ਲੈ ਰਹੇ ਆ, 12,000 ਰੁਪਏ ਸਾਢੇ 12 ਲੈ ਰਹੇ, ਉਹਦੇ ਵਿੱਚ ਹੀ ਆ ਸਾਰਾ ਕੁਝ? ਇਹ ਏਸੀ ਵਿੱਚ ਹੀ ਆ। ਜਿਹੜੇ ਤਾਂ ਭਾਜੀ ਪ੍ਰੀ ਵੈਡਿੰਗ ਸ਼ੂਟ ਹੈ ਜਿੱਦਾਂ ਇਹਦੇ 'ਚ ਆਪਾਂ ਟਾਈਮਿੰਗ ਰੱਖੀ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ। 12 ਘੰਟੇ ਦੇ ਉੱਤੇ ਹੋ ਗਏ ਯਾਰ? 13 ਘੰਟੇ ਹੋ ਗਏ। 13 ਘੰਟੇ ਹੋ ਗਏ। ਹਾਂਜੀ। ਅੱਛਾ, ਪਿੰਡ ਦੀ ਗਲੀ ਬਣਾਈ ਹੋਈ ਆ? ਹਾਂਜੀ। ਓਏ ਵਿੱਕੀ, ਓਏ ਸਾਡੇ ਨਾ ਪਿੰਡ ਜਦੋਂ ਮੈਂ ਛੋਟਾ ਹੁੰਦਾ ਸੀਗਾ, ਹੁਣ ਤਾਂ ਚੱਲ ਇੰਟਰਲੋਕ ਲੱਗ ਗਏ, ਪਹਿਲਾਂ ਐਂ ਹੁੰਦਾ ਮਾਲ ਦੇ 'ਚ ਤਾਂ ਕਈ ਪਿੰਡਾਂ 'ਚ ਹਜੇ ਗਲੀਆਂ ਇੱਦਾਂ ਦੀਆਂ ਹੈਗੀਆਂ ਆ। ਆਹ ਦੇਖ, ਉਹ ਆ ਟੈਫ ਏ, ਇਹ 25DI, ਇਹ ਸੱਚੀ 25 ਆ? ਇਹ ਸੱਚੀ 25 ਆ ਭਾਈ, 2 ਸਿਲੰਡਰ ਆ ਇਹ। 2 ਸਿਲੰਡਰ? ਹਾਂਜੀ। ਇਹ ਸ਼ੌਂਕ ਆਪਣਾ ਉਹ ਵਾਲਾ ਨਾ, ਇਹ ਜਿਹੜਾ ਪਹਿਲਾਂ ਤੋਂ ਸੀਗਾ? ਹੋਰ ਇਹ ਪਹਿਲਾਂ ਵਾਲਾ ਹੀ ਸ਼ੌਂਕ ਆ ਭਾਈ, ਸ਼ੂਟ ਤਾਂ ਸਾਰੀ ਦਿਹਾੜੀ 'ਚ ਨਹੀਂ ਪੂਰੇ ਹੁੰਦੇ ਇੱਥੇ। ਹਾਂ ਵੀ ਇੰਨਾ ਕੁ ਆਪਣੇ ਸੈਟਅਪ ਹੈਗਾ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਜੀ ਬਾਈ, ਤੇ ਸਤਿ ਸ਼੍ਰੀ ਅਕਾਲ ਬਾਦੇ ਭਾਈ ਸਾਰਿਆਂ ਨੂੰ, ਮੇਰਾ ਨਰਿੰਦਰ ਭਾਈ ਆ ਬਾਈ, ਆਇਆ USA ਤੋਂ ਹੈ। ਹਾਂਜੀ ਬਾਈ, ਯਾਰ ਆਪਣੇ ਵਾਲਾ ਚੱਲ ਜਾਂਦੇ ਬਾਹਰ, ਜੇ ਤਾਂ ਪੈ ਗਿਆ ਜਹਾਜ਼ ਦੀ ਟਾਕੀ ਨੂੰ ਹੱਥ, ਭਾਵੇਂ ਡੌਂਕੀ ਲਾ ਕੇ ਚਲ ਗਿਆ, ਉਦੋਂ ਬਾਅਦ ਪੈ ਗਿਆ ਟਰੱਕ ਦੀ ਟਾਕੀ ਨੂੰ ਹੱਥ, ਬੰਦਾ ਤਾਂ ਪੈਸੇ ਨਹੀਂ ਮੁੜਦਾ। ਤੇ ਸੁਣੇ ਇੱਥੇ ਆ ਕੇ ਏਡਾ ਤਕੜਾ ਕਾਰੋਬਾਰ ਖੋਲ ਲਿਆ, ਸੁੱਖ ਨਾ ਫਿਲਮਾਂ ਫੁੱਲ ਮਾੜਾ ਜਿਹਾ ਸਮਾਨ ਲਾ ਲਿਆ ਚੰਗਾ। ਹਾਂਜੀ, ਹੈ ਜੀ ਨਹੀਂ ਕਰਦਾ ਇੱਦਾਂ ਵਾਪਸ ਜਾਣ ਨੂੰ? ਨਾ ਨਾ, ਉੱਥੇ ਤਾਂ ਦਿੱਲੀ ਹੁਣ 2 ਮਹੀਨੇ ਲੈ ਗਿਆ, 2 ਮਹੀਨੇ ਬੜੇ ਔਖੇ ਕੱਟੇ, ਸਦੀਆਂ ਲੱਗਦੀਆਂ। ਪਹਿਲਾਂ ਕਿੰਨਾ ਟਾਈਮ ਲਾ ਕੇ ਆਇਆ ਵੀਰੇ? ਪਹਿਲਾਂ ਮੈਂ ਭਾਜੀ 10-8-9 ਸਾਲ ਦਾ ਟਰੱਕ ਚਲਾਇਆ, ਵੈਸੇ 2006 'ਚ ਚੱਲ ਗਏ ਸੀ, ਮੈਂ 10 ਸਾਲ ਦਾ ਸੀ ਜਦੋਂ ਚੱਲ ਗਏ ਸਾਰੀ ਫੈਮਿਲੀ, ਤੇ ਪਹਿਲਾਂ ਬਾਪੂ ਹੁਣੀ ਮੁੜਿਆ ਸੀ, ਤੇ ਹੁਣ ਆਪਾਂ ਮੁੜੇ ਆ। ਅੱਛਾ, ਜੀ ਨਹੀਂ ਲੱਗਾ? ਨਹੀਂ ਨਹੀਂ ਜੀ ਨਹੀਂ ਲੱਗਾ, ਪਰ ਘਰ ਬਾਰ ਹੈਗਾ ਵਧੀਆ ਉੱਥੇ? ਹੋਰ ਹੋਰ ਭਾਜੀ, ਟਰੱਕ ਆਪਣਾ ਹੈਗਾ, ਉੱਥੇ ਕਾਰੋਬਾਰ ਹੈਗਾ ਸਾਰਾ। ਫਿਲਮ ਸਿਟੀ ਬਣਾ ਲਈਏ ਫਿਰ ਇੱਥੇ? ਹਾਂਜੀ। ਇਹ ਨਾਮ ਕੀ ਰੱਖਿਆ ਇਹਦਾ? ਇਹਦਾ ਵਿੰਟੇਜ ਸਟੂਡੀਓ ਐਂਡ ਸਟੇਬਲ। ਵਿੰਟੇਜ ਸਟੂਡੀਓ ਐਂਡ ਸਟੇਬਲ ਸਟੇਬਲ। ਹਾਂ, ਇੱਕ ਚੀਜ਼ ਦੱਸਾਂ, ਇਹ ਸਾਨੂੰ ਜਿੰਨੇ ਚਿਰ ਵੈੜ ਮਿਲਦੇ ਸਾਡੇ ਵਰਗੇ ਹੀ ਮਿਲਦੇ ਆ। ਬਾਈ ਕੋਲੇ ਨਾ ਗੱਡੀ ਖੜੀ ਵਾ ਜੀਪ, ਬਾਈ ਐਂ ਦੱਸਿਓ ਉਹ ਚੇਂਜਣ ਕਿਹੜਾ ਰੱਖਿਆ? ਉੱਚ ਹੋਂਡਾ ਕੇ ਸੀਰੀਜ਼ ਭਾਜੀ, ਕੇ ਸੀਰੀਜ਼ ਇੱਥੇ ਮਿਲਦਾ ਸੌਖਾ? ਇੱਥੇ ਨਹੀਂ ਭਾਜੀ ਮਿਲਦਾ, ਇੱਥੇ ਸੈਂਸਰ ਨਹੀਂ ਮਿਲਦਾ, ਮੈਂ ਕਿਹਾ ਹੋਂਡਾ ਵਾਲੇ ਦੇ ਲੈਣ। ਇੰਜਣ ਕਿੰਨੇ ਦਾ? ਉਹ ਤਾਂ ਪੈਸੇ ਬਹੁਤ ਲੱਗੇ ਭਾਜੀ, ਮਤਲਬ ਕਿ ਆਪਾਂ ਕਹਿ ਨਹੀਂ ਸਕਦੇ। ਮਤਲਬ ਕਿ ਜਿਹੜਾ ਬੰਦਾ ਕਹਿੰਦਾ ਨਾ ਕਿ ਯਾਰ ਆਹ ਨਹੀਂ ਹੋ ਸਕਦਾ, ਇਹ ਬਾਈ ਨੇ ਉਹ ਸਾਰਾ ਕੁਝ ਕੀਤਾ ਪਿਆ ਆ। ਮੈਂ ਹੁਸ਼ਿਆਰਪੁਰ ਸ਼ਹਿਰ ਤੋਂ ਆ, ਚਲੋ ਹੁਣ ਮੈਂ ਜਲੰਧਰ ਸ਼ਿਫਟ ਹੋ ਗਿਆ, ਪਰ ਆਪ ਨੂੰ ਬੜਾ ਵਧੀਆ ਲੱਗਦਾ ਯਾਰ ਕਿ ਸਾਡੇ ਆਪ ਦੇ ਸ਼ਹਿਰ ਦੇ ਵਿੱਚ ਨਾ ਕਿਸੇ ਨੇ ਤਰੱਕੀ ਕੀਤੀ, ਕਿਸੇ ਨੇ ਕੁਝ ਬਣਾਇਆ, ਲੋਕ ਆਉਣੇ ਆ, ਲੋਕ ਅੱਜ ਵੀ ਸ਼ੂਟ ਚੜਦੇ ਚੱਲਦੇ ਪਏ, ਚੱਲਦੇ ਪਏ ਹਾਂਜੀ। ਇੱਕ ਇਹ ਏਰੀਆ ਕਿੰਨਾ ਟੋਟਲ? 2 ਕਿੱਲੇ ਆਇਆ ਭਾਜੀ, ਬਾਕੀ ਆਪਣੀ ਬਾਕੀ ਪਿੱਛੇ ਜ਼ਮੀਨ ਹੈਗੀ, ਉਧਰ ਸ਼ੂਟ ਕਰਾਈਦਾ, ਦੂਜੀ ਮੋਟਰ ਤੇ ਕਰਾਈਦਾ ਸ਼ੂਟ। ਅੱਛਾ, ਹਾਂ 2 ਕਿੱਲੇ ਤਾਂ ਆਹੀ ਆ, 2 ਕਿੱਲੇ ਆਹੀ ਆ, ਬਾਕੀ ਉਧਰ ਸ਼ੂਟ ਚੱਲਦੇ ਰਹਿੰਦੇ ਭਾਜੀ ਖੇਤਾਂ। ਗਾਣੇ ਗੁਣੇ ਹੁਣ ਤੇ ਕਿੰਨੇ ਕੁ ਸ਼ੂਟ ਹੋ ਗਏ? ਗਾਣੇ ਭਾਜੀ 35+ ਗਾਣੇ ਹੋ ਗਏ, ਇੱਕ ਮੂਵੀ ਹੋ ਗਈ ਆ। ਹੈ ਹਾਂਜੀ। ਇਹ ਕਿੰਨਾ ਕਿੰਨਾ ਟਾਈਮ ਹੋ ਗਿਆ ਸ਼ੁਰੂ ਕਰੇ ਨੂੰ ਇਹ? ਇਹ ਭਾਜੀ ਆਪਾਂ ਦਸੰਬਰ 'ਚ ਓਪਨ ਕੀਤੀ ਸੀ ਲੋਕੇਸ਼ਨ, ਪਿਛਲੇ ਸਾਲ ਅਪ੍ਰੈਲ 'ਚ ਬਣਾਉਣੀ ਸ਼ੁਰੂ ਕੀਤੀ ਸੀ। ਅੱਛਾ ਹਾਂਜੀ, ਮਤਲਬ ਸਾਲ ਹੋ ਗਿਆ? ਸਾਲ ਹੋਣਾ ਹਲੇ ਭਾਜੀ, ਨਵੰਬਰ ਦਸੰਬਰ 'ਚ ਸਾਲ ਹੋਣਾ ਲੋਕੇਸ਼ਨ ਓਪਨ ਹੋਈ ਨੂੰ। ਮੈਂ ਬਹੁਤ ਸੋਹਣਾ ਬਣਾ ਲਿਆ, ਹਲੇ ਵੀ ਚੱਲੀ ਜਾਂਦਾ ਭਾਜੀ, ਬਣਾਈ ਜਾਂਦੇ ਹੋਰ। ਇਹਨੂੰ ਅਪਡੇਟ ਵੀ ਕਰਦੇ ਰਹਿੰਦੇ ਹੋ? ਕਰੀ ਜਾਂਦੇ, ਮਿਸਤਰੀ ਲੱਗੇ ਹੋ ਨਾਲ ਨਾਲ ਭਾਜੀ? ਅਹ ਨਾਲ ਦੀ ਨਾਲ ਹੀ ਚੱਲੀ ਜਾਂਦਾ ਕੰਮ, ਜਿਵੇਂ ਆਹ ਤਾਂ ਰੋਮਾਂਟਿਕ ਜਿਹਾ ਮਾਹੌਲ ਬਣਾ ਰੱਖਿਆ ਉਰੇ, ਇੱਥੇ ਵਾਈਨ ਵਾਲੇ ਸ਼ਾਰਟ ਸ਼ੂਟ ਲਾਉਂਦੇ ਆ, ਹੈ ਬਣਾਉਂਦੇ ਮਾਹੌਲ ਜਿਹਾ ਇੱਥੇ, ਹੈ ਵੀ ਕੀ ਹੋਏ ਮਾਹੌਲ ਬਣਦਾ ਪੂਰਾ ਉਰੇ। ਹੈ ਮੈਂ ਭਾਈ ਇਹਦਾ ਇਹ ਚਾਰਜਸ ਕੀ ਲੈਨੇ ਹੁੰਨੇ ਉਦਾਂ? ਪ੍ਰੀ ਵੈਡਿੰਗ ਦੇ ਤਾਂ ਭਾਜੀ ਆਪਣਾ 12,000 ਆ। ਅੱਛਾ, ਜੋ ਮਰਜ਼ੀ ਯੂਜ਼ ਕਰੋ ਉਰੇ? ਉਹਦੇ ਵਿੱਚ ਘੋੜਾ, ਟਰੈਕਟਰ, ਬੁਲਟ, ਜੀਪ, ਰਾਜਦੂਤ, ਸਕੂਟਰ, ਇੱਕ ਪੁਰਾਣਾ ਸਕੂਟਰ ਆ, ਉਹ ਸਾਰਾ ਇਨਕਲੂਡ ਹੀ ਆ, ਅਸੈਸਰੀ ਵੀ ਹੈਗੀ, ਕੈਂਠਾ ਖੁੰਡਾ। ਅੱਛਾ, ਉਹ ਵੀ ਉਹ ਪ੍ਰੌਂਪਟ ਸਾਰਾ ਆਪ ਹੀ ਦੇਣਾ ਬੰਦੇ ਨੂੰ? ਹੈ ਕੈਂਠਾ ਖੁੰਡਾ, ਫੁਲਕਾਰੀ, ਪਰਾਂਦਾ, ਇਹ 4-5 ਚੀਜ਼ਾਂ ਦੇ ਦਿੰਦੀਆਂ। ਅੱਛਾ, ਇਹ ਨਾਲ ਦੇ ਦੇਣੀਆਂ? ਹਾਂਜੀ। ਬਾਕੀ ਸਕੂਟਰ, ਟਰੈਕਟਰ, ਹੋਰ ਜਿੰਨਾ ਕੁਝ ਇੱਥੇ ਖੜਾ ਸਾਰਾ ਕੁਝ ਹੀ ਯੂਜ਼ ਹੁੰਦਾ।
ਬੈਸਟਰ ਕਾਰ ਆ ਉਹ ਤਿਆਰ ਹੋਣੀ ਦਿੱਤੀ ਗਈ ਵਾ। ਅੱਛਾ, ਉਹਦਾ ਵੀ ਪੇਂਟ ਦਾ ਕੰਮ ਚੱਲਦਾ। ਲੈ ਵੀ ਮਤਲਬ ਬਹੁਤ ਵਧੀਆ ਚੀਜ਼ ਲੱਗਦੀ, ਇਹ ਤਾਂ ਸਾਫ ਸਫਾਈ ਵੀ ਬਹੁਤ ਆ, ਇਹ ਤਾਂ ਰੋਜ਼ ਹੀ ਪਰੀ ਕਰਨੀ ਪੈਂਦੀ। ਹਾਂ ਮੇਨਟੇਨੈਂਸ। ਅੱਛਾ, ਐ ਤਾਂ ਨਹੀਂ ਹੁੰਦਾ ਕਿ ਯਾਰ ਕੋਈ ਬੰਦਾ ਆ ਗਿਆ ਕਹਿੰਦਾ ਕਿ ਯਾਰ ਮੈਂ ਕੱਲਾ ਆਹੀ ਯੂਜ਼ ਕਰਨਾ ਤੇ ਮੇਰੇ ਪੈਸੇ ਘਟਾ ਲਓ, ਮੈਨੂੰ ਆਹੀ ਲੋਕੇਸ਼ਨ ਚਾਹੀਦੀ ਕੱਲੀ। ਵੈਸੇ ਮੋਸਟਲੀ ਤਾਂ ਸਾਰੇ ਹੀ ਮੰਗਦੇ ਭਾਜੀ। ਹਾਂ, ਜਾਂ ਕੋਈ ਪੰਜਾਬੀ ਸ਼ੂਟ ਦਾ ਹੁੰਦਾ ਉਹਦਾ ਫਿਰ ਕਰ ਦੇਈਦਾ ਉਸ ਹਿਸਾਬ ਨਾਲ। ਫਿਲਮ ਕਿਹੜੀ ਸ਼ੂਟ ਹੋ ਗਈ ਫਿਰ ਉਰੇ? ਇੱਥੇ ਭਾਜੀ ਜਾਣਾ ਮੋੜ ਹੋਈ ਆ, ਸ਼ਾਰਟ ਮੂਵੀ ਆ ਉਹਦੀ, ਦੂਸਰੀ ਸਾਈਡ ਦੀ ਹਿਸਟਰੀ ਦਿਖਾ ਰਹੇ ਆ, ਵਿਕਟਰ ਜੌਨ ਉਹਨਾਂ ਨੇ ਸ਼ੂਟ ਕੀਤੀ ਇੱਥੇ। ਅੱਛਾ, ਵਿਕਟਰ ਜੌਨ ਬਾਈ ਜਿਹੜਾ ਉਹ ਗਾਣੇ ਚਾਉਂਦਾ ਹੁੰਦਾ। ਅੱਛਾ, ਮੂਵੀ ਜਿਹੜਾ। ਅੱਛਾ ਅੱਛਾ, ਮੂਵੀ ਵਾਲਾ। ਇਹਨਾਂ ਦੇ ਅੰਦਰ ਵੀ ਹੈਗਾ ਕੁਝ ਕਿ ਬਾਹਰ? ਇੱਥੇ ਭਾਜੀ ਘੋੜਿਆਂ ਦੇ ਰੂਮ ਸੀ ਆਪਣੇ। ਅੱਛਾ, ਉਹ ਹੁਣ ਆਪਾਂ ਚੱਕ ਦਿੱਤੇ, ਇੱਥੇ ਇਨਡੋਰ ਸੈੱਟ ਲੱਗੇ ਬਣਾਉਣਾ। ਅੱਛਾ, ਇਹਦੇ ਅੰਦਰ ਪਹਿਲਾਂ ਅਮਰੀਕਨ ਸਟਾਈਲ ਘੋੜਿਆਂ ਦੇ ਰੂਮ ਬਣਾਏ ਸੀ ਅੰਦਰ, ਇੱਥੇ ਦੋ ਘੋੜੇ ਸੀ, ਅੱਛਾ ਅਸੀਂ ਬਾਕੀ ਘਰੇ ਸੀਗੇ ਤੇ ਹੁਣ ਪੱਧਰਾ ਕਰ ਦਿੱਤਾ ਅੰਦਰ, ਖੋਲ ਦਿੱਤਾ ਸਾਰਾ ਸਮਾਨ। ਹਾਂ, ਹੁਣ ਵੀ ਘੋੜਾ ਜੋ ਲਈਦਾ ਇੱਥੇ ਛੱਡ ਦਈਦਾ ਖੁੱਲਾ ਹੁੰਦਾ। ਅੱਛਾ, ਉਹ ਯੂਜ਼ ਹੋ ਜਾਂਦਾ ਉਰੇ? ਹਾਂਜੀ ਹਾਂਜੀ, ਜੇ ਕਿਸੇ ਨੇ ਸ਼ੂਟ ਕਰਨਾ ਹੋਵੇ। ਹਾਂਜੀ। ਅੱਛਾ, ਆ ਕਿਤਾ ਆ ਆ, ਇਹਦੇ ਅੰਦਰ ਵੀ ਹੈਗਾ ਕੁਝ? ਅੱਛਾ, ਉੱਥੇ ਉਦਾਂ ਹੀ ਆ, ਫਾਰਮ ਹਾਊਸ ਜਿਹੇ ਵਾਲਾ ਸ਼ੂਟ ਹੋ ਜਾਂਦਾ ਇੱਥੇ ਭਾਜੀ, ਵੁਡਨ ਹਾਊਸ ਹੈ ਆ, ਇਧਰ ਆ ਸੈਟਅਪ ਤਿਆਰ ਹੁੰਦਾ ਪਿਆ। ਅੱਛਾ, ਕੰਮ ਕਿਤਾ 24 ਘੰਟੇ ਵਾਲਾ ਹੀ ਉਰੇ ਫੇ? ਹੋਰ ਭਾਜੀ, ਜਿੱਦਾਂ ਗਾਣੇ ਸ਼ੂਟ ਤਾਂ ਸਾਰੀ ਨਾਈਟ ਹੀ ਚੱਲਦੇ ਫੇ। ਜਿਵੇਂ ਨਾ ਮੈਂ ਵੀ ਇੱਕ ਵਾਰੀ ਇੱਕ ਫਿਲਮ ਸਿਟੀ ਆ ਲੁਧਿਆਣੇ ਕੋਲੇ, ਹਾਂਜੀ, ਮੈਂ ਉੱਥੇ ਚੱਲ ਗਿਆ। ਚੱਲ ਹੁਣ ਨਾ ਕਾਹਦਾ ਲੈਣਾ। ਹਾਂਜੀ, ਤੇ ਉੱਥੇ ਚੱਲ ਕੇ ਜਦੋਂ ਉਹਨੇ ਸਾਡਾ ਸ਼ੂਟ ਕਰਨਾ ਜਿੱਥੇ ਮੇਕਅਪ ਰੂਮ ਜੇ ਸੀਗੇ, ਉਹ ਪੱਟੂਆਂ ਦੇ ਏਸੀ ਨਾ ਚੱਲਣ ਅੰਦਰ। ਇਹ ਆਪਣੇ ਤੋਂ ਏਸੀ ਰੂਮ ਹੈ ਭਾਜੀ। ਹਾਂ, ਇਨਡੋਰ ਵੀ ਆਪਣਾ ਏਸੀ ਹਾਲ ਆ ਸਾਰਾ। ਅੱਛਾ, ਹੈਗਾ। ਹਾਂ, ਵੀ ਦੁਪਹਿਰ ਨੂੰ ਸ਼ੂਟ ਕਰਨੇ ਪ੍ਰੋਬਲਮ ਨਾ ਆਵੇ ਕੋਈ। ਅੱਛਾ, ਤੇ ਆਹ ਬਣਾਇਆ ਫਿਰ ਇਹ? ਇਹ ਪੁਰਾਣਾ ਘਰ ਬਣਾਤਾ? ਪੁਰਾਣਾ ਕਿਲੇ ਵਾਂਗੂ ਬਣਾਤਾ ਥੋੜਾ ਜਿਹਾ। ਆਹਾਂ, ਕਿਲੇ ਜਿਹੜੀ ਇਹਦੇ ਇਹਦੇ ਉੱਪਰ ਬਣਾਇਆ ਫਿਰ ਉਹ? ਉੱਧਰ, ਹਾਂਜੀ, ਉੱਤੇ ਹੈਗਾ, ਚੜ੍ਹਨੇ ਜਾ ਸਕਦੇ ਹੋ ਉੱਤੇ? ਹਾਂਜੀ ਹਾਂਜੀ, ਉੱਤੋਂ ਲੋਕੇਸ਼ਨ ਦੇਖ ਜਾਣੀ ਆ। ਹਾਂਜੀ ਹਾਂਜੀ, ਤੇ ਭਾਜੀ ਇਹ ਤਾਂ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਦੇ ਹੁੰਨੇ ਆ? ਹਾਂਜੀ ਹਾਂਜੀ ਭਾਜੀ। ਹਾਂ, ਆ ਵੀ ਪਿਛਲੇ ਵੀਕ ਤਿਆਰ ਕੀਤਾ ਸੈਟਅਪ ਭਾਜੀ। ਅੱਛਾ, ਹਾਂਜੀ। ਅੱਛਾ, ਹਲੇ ਨੂੰ ਫਾਈਨਲ ਪੇਂਟ ਹੋਣਾ ਵੈਸੇ? ਹਜੇ ਹੋਣਾ ਫਾਈਨਲ ਪੇਂਟ ਹੋਣਾ ਹਲੇ। ਫਾਈਨਲ ਕੀ ਹੋ ਜਿਹੜਾ ਬੂਟੀਆਂ ਬਾਟੀਆਂ ਬਣੀਆਂ ਹਲੇ ਆ, ਰੈੱਡ ਇੱਕ ਵਾਰੀ ਫੇਰ ਹੋਣਾ ਇਹਨੂੰ। ਅੱਛਾ, ਹਾਂਜੀ। ਵੈਸੇ ਭਾਈ ਐਂ ਦੱਸੀ, ਐਦਾਂ ਜਦੋਂ ਆਪਣੇ ਵਾਲੇ ਬਾਹਰੋਂ ਆਉਂਦੇ ਆ ਇੱਥੇ ਇਨਵੈਸਟਮੈਂਟ ਕਰਨ ਨੂੰ, ਐ ਨਹੀਂ ਕਿਸੇ ਨੇ ਕਹਿਤਾ ਉਹ ਸੋਹਣੇ ਆ ਕੀ ਕਰੀ ਜਾਂਦੇ ਹੋ ਕਿਤੇ? ਜਦੋਂ ਆਪਾਂ ਸ਼ੁਰੂ ਕੀਤਾ ਉਦੋਂ ਤਾਂ ਭਾਜੀ ਸਾਰਿਆਂ ਨੇ ਕਿਹਾ ਸੀ ਕਿਹੜੇ ਕੰਮ ਹੀ ਪੈਣ ਲੱਗੇ ਆ। ਹੁਣ ਖੁਸ਼ ਆ ਸਾਰੇ ਭਾਜੀ? ਪਹਿਲਾਂ ਕੀ ਕਹਿੰਦੇ ਸੀਗੇ ਕਿ ਪਹਿਲਾਂ ਕਹਿੰਦੇ ਸੀ ਕਿਹੜਾ ਕੰਮ ਹੈ ਚਾਹੀਦਾ? ਡਾਲਰ ਡੁੱਬ ਜਾਣਗੇ। ਆਹੋ, ਵੀ ਬਾਹਰ ਵਧੀਆ, ਵੀ ਬਾਹਰ ਲੱਗੇ ਰਹੋ ਧਰਮ ਨਾਲ। ਇਹ ਜੇ ਸੱਚ ਪੁੱਛਾ, ਸੱਚ ਦੱਸਣਾ ਹੋਵੇ, ਹਾਂਜੀ, ਬਾਹਰ ਕਮਾਈ ਵਧੀਆ ਕਿ ਹੁਣ ਇੱਥੇ ਕਮਾਈ ਵਧੀਆ? ਭਾਜੀ ਬੰਦਾ ਕੰਮ ਵਾਲਾ ਹੋਵੇ ਇੱਥੇ ਵਾਧੂ ਕਮਾਈ। ਹਾਂ, ਆਪਾਂ ਇਹ ਨਹੀਂ ਕਹਿ ਸਕਦੇ ਇੱਥੇ ਕੰਮ ਹੈ ਨਹੀਂ, ਕੰਮ ਬਹੁਤ ਹੈ, ਬੰਦਾ ਕਰਨ ਵਾਲਾ ਹੋਵੇ। ਹਾਂ, ਬਾਕੀ ਸੋਚ ਹੈ ਆਪਣੀ। ਇਹਦਾ ਆਈਡੀਆ ਕਿਹਨੇ ਦੇਤਾ? ਆਈਡੀਆ ਭਾਜੀ ਜਿੱਦਾਂ ਘੋੜੀਆਂ ਜੀਪਾਂ ਆਪਣੇ ਤੋਂ ਪਹਿਲਾਂ ਦੀਆਂ ਸੀ ਘਰੇ, ਤੇ ਜਿੰਨੇ ਆਪਣੇ ਭਰਾ ਫੋਟੋਗ੍ਰਾਫਰ ਜਾਣਦੇ ਸੀ ਆਪਾਂ ਨੂੰ, ਇੱਕ ਆਪਣੀ ਭੂਆ ਦਾ ਮੁੰਡਾ ਹੀ ਆ ਫੋਟੋਗ੍ਰਾਫਰ। ਅੱਛਾ, ਉਹਨੇ ਪਿੱਛੇ ਪੈ ਕੇ ਕੰਮ ਚਲਾਇਆ, ਲਾਤਾ ਬੇਚਾ। ਜ਼ਮੀਨ ਆਪਦੀ ਹੋ ਸੀਗੀ? ਜ਼ਮੀਨ ਆਪਦੀ ਸੀ। ਉੱਤੇ ਕਿੰਨਾ ਕੁ ਲੱਗ ਗਿਆ ਫਿਰ ਵੀ? ਇਸ ਤੇ ਤਾਂ ਭਾਜੀ ਕਾਫੀ ਲੱਗ ਗਿਆ, ਪੌਣੇ 2 ਕਰੋੜ ਲੱਗ ਚੁੱਕਾ। ਪੌਣੇ 2 ਕਰੋੜ ਹੁਣ ਤੱਕ ਲੱਗ ਚੁੱਕਾ, ਪੂਰਾ ਹੋ ਗਿਆ? ਹੋਊਗਾ ਹੌਲੀ ਹੌਲੀ, ਹਲੇ ਆ ਤਾਂ ਲਾਈ ਜਾਂਦੇ ਆ, ਹਲੇ ਇਧਰ ਆਉਂਦੇ ਇੱਥੇ ਲਾਈ ਜਾਂਦੇ ਆ। ਬਹੁਤ ਵਧੀਆ ਯਾਰ, ਕਿਉਂਕਿ ਹਲੇ ਕਾਫੀ ਸੈਟਅਪ ਪਏ ਆ ਭਾਜੀ ਬਣਾਉਣ ਵਾਲੇ, ਸਭ ਤੋਂ ਡਿਫਰੈਂਟ ਬਣਾਵਾਂਗੇ ਭਾਜੀ। ਇੱਕ ਗੱਲ ਸੱਚੀ ਦੱਸਾਂ? ਹਾਂਜੀ, ਮੈਂ ਇਹ ਜਿਹੜੇ ਤਾਂ ਮੈਨੂੰ ਸ਼ਾਇਦ ਪੁਰਾਣੇ ਜਾਣਦੇ ਉਹਨਾਂ ਨੂੰ ਪਤਾ ਹੋਊਗਾ, ਮੈਂ ਨਾ ਫਿਲਮ ਇੰਡਸਟਰੀ ਦੇ ਵਿੱਚ 2018-19-20 ਦੇ ਵਿੱਚ ਸੀਗਾ। ਹਾਂਜੀ ਹਾਂਜੀ, ਪਤਾ ਨਹੀਂ ਕਿਹੜੀ ਕਿਹੜੀ ਸਟੇਟ ਦੀਆਂ ਫਿਲਮ ਸਿਟੀਆਂ ਦੇਖ ਲਈਆਂ। ਹਾਂਜੀ, ਪਰ ਭਾਵੇਂ ਆਪਾਂ ਆਪਣੇ ਸ਼ਹਿਰ 'ਚ ਆ, ਬਹੁਤੀ ਵੱਡੀ ਵੀ ਹੈ ਨੀ, ਬਹੁਤੀ ਛੋਟੀ ਵੀ ਹੈ ਨੀ, ਪਰ ਐਂ ਆ ਬਹੁਤ ਵਧੀਆ ਆ, ਬਹੁਤ ਵਧੀਆ ਬਜੀ ਛੂਟ ਦੇ ਕੋਲ ਜਾਈਦੇ ਉਸ ਹਿਸਾਬ ਨਾਲ ਸਹੀ ਆ, ਬਹੁਤ ਵਧੀਆ ਆ, ਸਾਫ ਸੁਥਰੀ ਆ। ਕੀ ਹੋ ਗਿਆ? ਅੱਛਾ, ਉਹ ਸ਼ਾਟ ਲੈਂਦੇ ਪਏ? ਹਾਂਜੀ ਹਾਂਜੀ, ਸ਼ੂਟ ਚੱਲ ਰਿਹਾ। ਅੱਛਾ ਅੱਛਾ ਅੱਛਾ, ਇਹ ਚੱਲਦਾ ਪਿਆ ਸ਼ੂਟ ਨਾ। ਅੱਛਾ, ਇਹ ਕੀ ਬਣਾਏ ਆ ਫਿਰ ਮੂਰੇ? ਇਧਰ ਵਧੀਆ ਪੰਜਾਬੀ ਆ ਗਿਆ ਸਾਰਾ ਆਪਣਾ। ਅੱਛਾ, ਬਾਕੀ ਇਨਡੋਰ ਸੈਟਅਪ ਵੀ ਹੈਗਾ, ਕਬੂਤਰ ਵੀ ਹੈਗੇ ਆਪਣੇ ਕੋਲੇ। ਕਬੂਤਰ ਕਿੱਥੇ ਆ ਫਿਰ? ਉਹ ਉੱਪਰ ਭਾਜੀ ਕੋਠੇ ਤੇ ਆ। ਅੱਛਾ, ਦੇ ਉਹ ਛੱਤ ਤੇ ਉੱਪਰ ਹਨਾ। ਹਾਂਜੀ, ਠੀਕ ਆ। ਅੱਛਾ, ਇਹ ਵੀ ਵਿੱਚ ਕਮਰੇ ਬਣਾਏ ਹੋ ਆ? ਇਹ ਵੀ ਕਮਰੇ ਸਾਰੇ ਪ੍ਰੋਪਰ ਤਿਆਰ ਆ ਭਾਜੀ।
ਲਾਈਟਾਂ ਲੂਟਾਂ ਜਗਾ ਦੀ ਲੈ ਉਹ ਵਿੱਕੀ ਓਏ ਉਰੇ ਆ ਆਹ ਦੇਖੋ ਕਿੱਦਾਂ ਵਧੀਆ ਨਾ ਸੁਣ ਹੁਣ ਹੁਣ ਮੈਨੂੰ ਪਤਾ ਭਾਜੀ ਹੁਣ ਸਾਡੇ ਬੰਦੇ ਦੇ ਦਿਮਾਗ 'ਚ ਆ ਗਿਆ ਆਈਡੀਆ ਕਿ ਮੈਂ ਸਨੈਪਾਂ ਬਣਾਉਣੀਆਂ ਹੈ ਨਾ ਇੱਦਾਂ ਹੀ ਆ ਆ ਗਿਆ ਇਹੀ ਦਿਮਾਗ 'ਚ ਕਿ ਹੁਣ ਸਨੈਪਚੈਟ ਵੱਜੂਗੀ ਠਾਹ ਠਾਹ ਕਰਕੇ ਹੈ ਨਾ ਹਾਂ ਇਹ ਸਾਰਾ ਇਨਡੋਰ ਆ ਅਤੇ ਇਹ ਸਾਰਾ ਏ ਸੀ ਆ ਸਾਰਾ ਏ ਸੀ ਆ ਭਾਜੀ ਇਹ ਵੀ ਵਿੱਚ ਹੀ ਆ ਜਿਹੜਾ ਆਪਾਂ ਲੈ ਰਹੇ ਹਾਂ 12,000 ਰੁਪਏ 12.5 ਲੈ ਰਹੇ ਉਹਦੇ ਵਿੱਚ ਹੀ ਆ ਸਾਰਾ ਇਹ ਏ ਸੀ ਵਿੱਚ ਹੀ ਆ ਜਿਹੜਾ ਤੇਰੀ ਟਾਈਮ ਲਿਮਿਟ ਕੀ ਹੁੰਦੀ ਮੰਨ ਲਾ ਕਿਸੇ ਨੇ ਆਪਾਂ ਨੂੰ ਪੇ ਕਰਤਾ ਭਾਜੀ ਜਿਹੜੇ ਤਾਂ ਭਾਜੀ ਪ੍ਰੀ ਵੈਡਿੰਗ ਸ਼ੂਟ ਹੈ ਜਿੱਦਾਂ ਇਹਦੇ 'ਚ ਆਪਾਂ ਟਾਈਮਿੰਗ ਰੱਖੀ ਸਵੇਰ ਦੇ 8 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ 12 ਘੰਟੇ ਦੇ ਉੱਤੇ ਹੋ ਗਿਆ ਯਾਰ 13 ਘੰਟੇ ਹੋ ਗਏ 13 ਘੰਟੇ ਹੋ ਗਿਆ ਹਾਂਜੀ ਤੇ ਇਹ ਇੰਨੇ ਦੇ ਵਿੱਚ ਇੰਨਾ ਟਾਈਮ ਤੁਸੀਂ ਯੂਜ਼ ਕਰ ਸਕਦੇ ਜੀ ਹਾਂਜੀ ਹਾਂਜੀ ਅੱਛਾ ਇਹਦੇ ਵਿੱਚ ਆ ਬਾਰ ਆ ਗਿਆ ਆ ਬਾਰ ਦਾ ਆ ਗਿਆ ਇੱਧਰ ਪੂਲ ਟੇਬਲ ਆ ਗਿਆ ਭਾਜੀ ਅੱਛਾ ਹਾਂਜੀ ਉਹ ਸਾਰਾ ਕੁਝ ਹੀ ਆ ਉਹ ਅੰਦਰ ਆਹ ਆ ਗਿਆ ਗਾਣੇ ਗੁਣੇ ਸ਼ੂਟ ਕਰਨੇ ਨੇ ਬੜੀ ਸੋਹਣੀ ਲੋਕੇਸ਼ਨ ਆ ਗਈ ਹੈਨਾ ਹਾਂਜੀ ਲੈ ਅੱਛਾ ਆਹ ਆ ਗਿਆ ਦੁਆ ਲਾਇਬ੍ਰੇਰੀ ਆ ਗਈ ਹਾਂਜੀ ਆ ਪਿਆਨੋ ਆ ਗਿਆ ਤੇਰਾ ਵਜਾਉਣ ਨੂੰ ਓਏ ਹੈ ਇਧਰ ਉਹ ਲੈ ਉਹ ਵਿੱਕੀ ਇਧਰ ਬੈੱਡ ਲੱਗਿਆ ਓਏ ਆ ਦੇਖ ਉਹ ਮਾਮਾ ਆ ਦੇਖ ਕਿੰਨਾ ਸੋਹਣਾ ਲੱਗਦਾ ਹੈ ਮਰਾ ਕਿ ਸਾਰਾ ਕੁਝ ਹੀ ਆ ਗਿਆ ਬਈ ਇੱਥੇ ਤੋਂ ਹਾਂਜੀ ਹਾਂਜੀ ਤੇ ਇਹ ਇਹ ਅੰਦਰੋਂ ਇਹ ਵੀ ਅਪਡੇਟ ਕਰ ਦਿੰਦੇ ਨੇ ਥੋੜੇ ਟਾਈਮ ਬਾਅਦ ਹਾਂਜੀ ਹਾਂਜੀ ਇਹ ਵੀ ਅਪਡੇਟ ਚੱਲੀ ਜਾਂਦਾ ਕੁਝ ਨਾ ਕੁਝ ਕਰੀ ਜਾਂਦੇ ਇਹਦੇ ਵਿੱਚ ਹੁਣ ਐਦਾਂ ਦਾ ਨਹੀਂ ਮੂਡ ਹੈਗਾ ਯਾਰ ਜਦ ਆ ਸਾਰਾ ਕੁਝ ਬਣ ਗਿਆ ਹਾਂਜੀ ਹੁਣ ਇਹਨੂੰ ਥੋੜਾ ਹੋਰ ਵੱਡਾ ਕਰ ਲਈਏ ਨਹੀਂ ਉਹ ਹੈਗਾ ਭਾਜੀ ਮੇਸਤਰੀ ਲੱਗੇ ਤੁਹਾਨੂੰ ਦਿਖਾਉਣਾ ਉੱਧਰ ਪਾਸੇ ਲੱਗੇ ਪਏ ਹਾਲੇ ਵੀ ਹਾਂ ਲੈ ਅੱਛਾ ਉਹ ਵੀ ਬਣੀ ਪਈ ਆ ਹੱਟ ਜਹੀ ਬਾਹਰ ਤੇ ਉਹ ਜੀਪ ਆ ਉਹ ਜਿਹੜੀ ਕੇ ਸੀਰੀ ਦਾ ਆਪਾਂ ਇੰਜਣ ਵਾਲੀ ਕਹਿੰਦੇ ਹਨਾ ਅੱਛਾ ਇਹ ਇਹਦਾ ਪ੍ਰੌਂਪ ਅਜੇ ਖੜੀ ਆ ਇਹ ਵੈਸੇ ਚੱਲਦੀ ਆ ਹੁਣ ਵੀ ਚੱਲਦੀ ਤਾਂ ਹੈ ਪਰ ਇਹਦਾ ਫਲਾਈ ਨਾ ਕਿਸੇ ਨੂੰ ਨਹੀਂ ਨਹੀਂ ਇਹ ਨਹੀਂ ਭਾਜੀ ਦਿੰਦਾ ਇਹ ਮੰਗ ਰਿਹਾ ਸ਼ੂਟ ਵਾਲੇ ਸਾਰੇ ਜਿੱਦਾਂ ਮੈਂ ਦਿੰਦਾ ਨਹੀਂ ਜਿੱਦਾਂ ਘੁੰਮਦੀ ਇਹ ਗੇੜਾ ਦਿੰਦੀ ਆ ਨਾ ਹਾਂਜੀ ਹਾਂਜੀ ਇਹਨੇ ਵੜ ਜਾਣਾ ਕਿਤੇ ਨਹੀਂ ਦੇਈਦੀ ਨਹੀਂ ਹੈ ਕਿਸੇ ਨੂੰ ਭਾਜੀ ਮਾੜਾ ਡਰਾਈਵਰ ਹਰੇ ਮੰਗਦੇ ਆ ਇਹਨੂੰ ਹਾਂ ਪਰ ਦੇਈਦੇ ਨਹੀਂ ਜਵਾਬ ਦੇ ਦਈਦਾ ਮਾੜਾ ਡਰਾਈਵਰ ਇਹ ਗੱਡੀ ਨਹੀਂ ਚਲਾ ਸਕਦਾ ਹਾਂਜੀ ਇੱਧਰ ਸਾਰਾ ਅਪਡੇਟ ਹੋ ਰਿਹਾ ਭਾਜੀ ਅੱਛਾ ਹਾਂ ਇੱਧਰ ਵੀ ਆਪਣੇ ਪੰਜਾਬੀ ਘਰ ਆ ਅੱਛਾ ਆ ਵੀ ਘਰ ਬਣੇ ਆ ਇੱਧਰ ਜਾਣਾ ਇੱਧਰ ਗਲੀ ਵਾਲਾ ਸ਼ੂਟ ਭਾਜੀ ਪੂਰਾ ਅੱਛਾ ਪਿੰਡ ਦੀ ਗਲੀ ਬਣਾਈ ਹੋਈ ਆ ਓਏ ਵਿੱਕੀ ਓਏ ਸਾਡੇ ਨਾ ਪਿੰਡ ਜਦੋਂ ਮੈਂ ਛੋਟਾ ਹੁੰਦਾ ਸੀਗਾ ਹੁਣ ਤਾਂ ਚੱਲ ਇੰਟਰਲੌਕ ਲੱਗ ਗਏ ਪਹਿਲਾਂ ਐ ਹੁੰਦਾ ਮਾਲਵੇ 'ਚ ਤਾਂ ਕਈ ਪਿੰਡਾਂ 'ਚ ਹਜੇ ਗਲੀਆਂ ਇਦਾਂ ਦੀਆਂ ਹੈਗੀਆਂ ਆ ਆਹ ਦੇਖ ਆ ਸਾਡੇ ਇਦਾਂ ਸਾਡੇ ਪਿੰਡ ਐ ਗਲੀ ਹੁੰਦੀ ਸੀ ਪਹਿਲਾਂ ਸਾਡੇ ਘਰ ਦੇ ਮੂਹਰਿਓਂ ਨਿਕਲਦੀ ਗੁਰਦੁਆਰੇ ਵਾਲੀ ਲੈ ਭਾਈ ਅੱਛਾ ਆ ਆ ਵੀ ਵਿੱਚ ਉਹ ਬੈੱਡ ਬੁੱਡ ਲੱਗੇ ਪਏ ਬੈੱਡ ਬੁੱਡ ਲੱਗੇ ਸਾਰੇ ਰੂਮ ਅੱਛਾ ਕੰਪਲੀਟ ਸੈੱਟ ਆ ਹਾਂ ਹਾਂ ਕੰਪਲੀਟ ਆ ਭਾਈ ਅੱਛਾ ਜਿਹੜੀ ਚੀਜ਼ ਵੀ ਆਪਣੇ ਕੋਲ ਹੈਗੀ ਸਾਰੀ ਚੱਲਦੀ ਆ ਵੀ ਕੋਈ ਇਹ ਦਿਖਾਵਾ ਨਹੀਂ ਹੈਗਾ ਸੀ ਅੱਛਾ ਉਹ ਐ ਨਹੀਂ ਗੱਲਾਂ ਕਿ ਡੰਮੀਆਂ ਨਹੀਂ ਡੰਮੀਆਂ ਨਹੀਂ ਭਾਈ ਸਾਰਾ ਕੁਝ ਇੱਧਰ ਵੀ ਰੂਮ ਨਾ ਆਪਣੇ ਪ੍ਰੋਪਰ ਤੇ ਆ ਚੱਲਦਾ ਭਾਈ ਵਿੱਕੀ ਆ ਦੇਖ ਭਾਈ ਹੁਣਾਂ ਦਾ ਇੱਧਰ ਸ਼ੂਟ ਚੱਲਦਾ ਫਿਰ ਆ ਫਰੰਟ ਆ ਘਰ ਦਾ ਹਨਾ ਹਾਂਜੀ ਇਹ ਹਲੇ ਦੇ ਉੱਤੇ ਤਿਆਰ ਹੋਣਾ ਇਹਨੇ ਚਵਾਰੇ ਚੂਰੇ ਪੈਣੇ ਦੇ ਉੱਤੇ ਹੋਰ ਅੱਛਾ ਇਹ ਕਰੀ ਜਾ ਰਹੇ ਨਾਲ ਦੀ ਨਾਲ ਹਨਾ ਇੱਧਰ ਆ ਦੁਕਾਨਾਂ ਬਣੀਆਂ ਅੱਛਾ ਉਹ ਆ ਟੈਫੇ ਇਹ 25DI ਇਹ ਸੱਚੀ 25 ਆ ਇਹ ਸੱਚੀ 25 ਆ ਭਾਈ ਦੋ ਸਿਲੰਡਰ ਆ ਇਹ ਦੋ ਸਿਲੰਡਰ ਹਾਂਜੀ ਇਹ ਸ਼ੌਂਕ ਆਪਣਾ ਉਹ ਵਾਲਾ ਨਾ ਇਹ ਕਿ ਜਿਹੜਾ ਪਹਿਲਾਂ ਤੋਂ ਸੀਗਾ ਹੋਰ ਹੋਰ ਇਹ ਪਹਿਲਾਂ ਵਾਲਾ ਹੀ ਸ਼ੌਂਕ ਆ ਭਾਜੀ ਇਹ ਇਦਾਂ ਵੀ ਕਿ ਆ ਦੇਖੀਏ ਆਹ ਦੇ ਹਾਲੈਂਡ ਕੜਿਆ ਆ ਇਹ ਉਸਤਾਦ ਉਹਨਾਂ ਨੇ ਕਦੋਂ ਤਿਆਰ ਕੀਤਾ ਸੀ ਭਾਜੀ ਇਹ ਭਾਜੀ ਮੈਂ 2019 'ਚ ਇਹਦਾ ਇੰਜਣ ਵੱਡਾ ਰੱਖਿਆ ਸੀ ਤਿਆਰ ਪਹਿਲਾਂ ਵੀ ਕੀਤਾ ਸੀ ਇਹਨੂੰ ਫੇਰ ਇੰਜਣ ਆਪਾਂ ਵੱਡਾ 2019 'ਚ ਰੱਖਿਆ ਇਹ ਭੱਜਦਾ ਆ ਨਾ ਹਾਂਜੀ ਇਹ ਭੱਜਦਾ ਭੱਜਦਾ ਕਿ ਉੱਡਦਾ ਇਹ ਤਾਂ ਹੀ ਉੱਡਣਾ ਜਹਾਜ਼ ਲਿਖਿਆ ਭਾਜੀ ਹੈ ਆਹ ਲਿਖ ਰੱਖਿਆ ਉੱਤੇ ਹਾਂਜੀ ਹਾਂਜੀ ਅੱਛਾ ਇਹ ਵੀ ਤਿਆਰ ਇਹ ਵੀ ਵਿੱਚ ਇਹਦੇ ਸ਼ੂਟ ਦੇ ਯੂਜ਼ ਹੋ ਜਾਂਦਾ ਇਹ ਵੀ ਦੇਦੀ ਦਾ ਭਾਜੀ ਅੱਛਾ ਆ ਟੈਫੇ ਵੀ ਹੈਗਾ ਹਾਂਜੀ ਉਹ ਦੋ ਇੱਧਰ ਖੜੇ ਕਾਹ ਖੜਾ ਇੱਕ ਘਰੇ ਗਿਆ ਇੱਕ ਉਹ ਖੜਾ ਟਰੈਕਟਰ ਟਰੈਕਟਰ ਤਾਂ ਤੁਹਾਡੇ ਕੋਲ ਵਾਧੂ ਆ ਸੰਦ ਆਉਂਦੇ ਉਹ ਕੰਬਾਈਨ ਵੀ ਖੜੀ ਹੋਆ ਹਾਂਜੀ ਆਹ ਦੁਕਾਨਾਂ ਪੰਜਾਬੀ ਇਹ ਬਣਾਉਣੇ ਪਏ ਹਲੇ ਅੱਛਾ ਇਹ ਅੱਧੀ ਕਾ ਡੈਕੋਰੇਸ਼ਨ ਹੋ ਗਈ ਆ ਬਾਕੀ ਹਲੇ ਕਰਨੀ ਇਹਨਾਂ ਦਾ ਅੱਛਾ ਨਾਲ ਦੀ ਨਾਲ ਚੱਲੀ ਜਾਂਦਾ ਪਿਆ ਹਾਂਜੀ ਚੱਲੀ ਜਾਂਦਾ ਮਤਲਬ ਐ ਆ ਕਿ ਐਦਾਂ ਖੜ ਨਹੀਂ ਸਕਦੇ ਨਹੀਂ ਖੜ ਨਹੀਂ ਸਕਦੇ ਭਾਜੀ ਹਾਂ
ਸ਼ੂਟ ਤਾਂ ਸਾਰੀ ਦਿਹਾੜੀ ਚ ਨਹੀਂ ਪੂਰੇ ਹੁੰਦੇ ਇੱਥੇ, ਵੀ ਇੰਨਾ ਕੁ ਆਪਣੇ ਕੋਲ ਸੈਟਅਪ ਹੈਗਾ ਨਾ, ਕੰਮ ਰੋਕ ਸਕਦੇ ਆ, ਇਹ ਵੀ ਨਾਲ ਦੀ ਨਾਲ ਵਧਾਉਣਾ ਹੀ ਪੈਣਾ ਨਾ, ਇਹ ਵਧਾਉਣਾ ਕੁਛ ਨਾ ਕੁਛ ਬਦਲੀ ਜਾਓ। ਹਾਂਜੀ ਹਾਂਜੀ, ਕਿਉਂਕਿ ਆ ਇਸ ਤੋਂ ਬਾਅਦ ਉਹ ਸੈੱਟ ਤਿਆਰ ਹੁੰਦਾ ਪਿਆ ਹਲੇ ਭਾਜੀ, ਇਧਰ ਕੰਧ ਪੱਥਰਾਂ ਦੀ ਹੋਣੀ ਆ, ਪੱਥਰ ਵਗੈਰਾ ਲੱਗਣੇ, ਮਤਲਬ ਐ ਆ ਜੱਟ ਉਹ ਜਿਹੜੇ ਤਾਂ ਜਿੱਦਾਂ ਹੁਣ ਖਾਸ ਕਰਕੇ ਆਪਣਾ ਨਾ ਏਰੀਆ ਐਨਆਰਆਈਆਂ ਦਾ ਆ, ਸਾਰੀ ਐਨਆਰਆਈ ਬੈਲਟ ਆਪਣੀ ਹੁੰਦੀ ਹੈ ਹਨਾ, ਸਾਡੀ ਸਾਰੀ ਬੈਲਟ ਐਨਆਰਆਈਆਂ ਦੀ ਆ। ਉਹ ਜੱਟੋ ਤੁਸੀਂ ਹਿਮਾਚਲ ਜਾਂਦੇ ਆ ਹਨਾ, ਹੁਣ ਹਿਮਾਚਲ ਦੀਆਂ ਖਬਰਾਂ ਖੁਬਰਾਂ ਬਹੁਤ ਸੁਣਨ ਨੂੰ ਮਿਲਦੀਆਂ, ਉੱਥੇ ਆਹ ਹੋ ਗਿਆ ਜੀ, ਵੇ ਹੋ ਗਿਆ, ਹੁਣ ਅਸੀਂ ਆਪਦਾ ਸ਼ਹਿਰ ਛੱਡ ਕੇ ਆਪਦਾ ਪੰਜਾਬ ਛੱਡ ਕੇ ਬਾਰਡਰ ਪਾਰ ਉੱਧਰ ਚਲ ਜਾਂਦੇ ਹਾਂ, ਅਸੀਂ ਹੁਸ਼ਿਆਰਪੁਰ ਛੱਡ ਕੇ ਲੁਧਿਆਣੇ ਚਲ ਜਾਂਦੇ ਹਾਂ, ਅਸੀਂ ਕਿਤੇ ਹੋਰ ਚਲ ਜਾਂਦੇ, ਸਾਡੇ ਆਪਦੇ ਸ਼ਹਿਰ 'ਚ ਬਹੁਤ ਕੁਛ ਆ, ਵੈਸੇ ਗ੍ਰੀਨਰੀ ਬਹੁਤ ਆ ਉੱਤੋਂ। ਆਹ ਬਾਈ ਨੇ ਆਹ ਚਾਰ ਚੈਨਲ ਲਾ ਰੱਖੇ ਨੇ, ਦੇਖਦਾ ਕਿ ਆ ਜਗਾੜ ਸੋਹਣਾ ਲਾਏ ਆ ਉਰੇ, ਤੇ ਇੱਧਰ ਬਗਾਕੀ ਕੁੱਪਾਂ ਦੇ ਨਾਲ ਸ਼ੂਟ ਹੋ ਜਾਂਦਾ, ਅੱਛਾ ਕੁੱਪਾਂ ਨਾਲ ਦਾਰੂ ਦੂਰੂ ਉੱਧਰ ਆਪਣੀ ਦੱਬੀਆਂ ਹੁੰਦੀਆਂ ਹਨ, ਇੱਧਰ ਚੈਨਲ ਲਾਉਂਦੇ। ਅੱਛਾ ਲੈ ਭਾਈ ਕਿੰਨਾ ਫੇ ਸੋਹਣਿਆ ਕੁੱਪਾ, ਸਾਰਾ ਕੁਛ ਹੀ ਆ ਉਰੇ, ਸਾਰਾ ਕੁਛ ਹੀ ਹੈਗਾ ਭਾਜੀ, ਮਤਲਬ ਐ ਇਹਦੇ ਵਿੱਚ ਤੂੜੀ ਵੀ ਅਸਲੀ ਆ, ਅਸਲੀ ਅਸਲੀ ਆ ਭਾਜੀ, ਹਰੇਕ ਚੀਜ਼ ਮਤਲਬ ਵਰਕਿੰਗ ਦੇ ਵਿੱਚ ਹੀ ਆ, ਇਹ ਨਾਲ ਦੀ ਨਾਲ ਆਪਣੇ ਵਰਤ ਵੀ ਹੋਈ ਜਾਂਦੀ, ਵਰਤ ਵੀ ਹੋਈ ਜਾਂਦੀ ਆ, ਉਹ ਪਰਲਾ ਆਪਣੇ ਘਰ ਨੂੰ ਲਾਇਆ ਹੁਣ। ਅੱਛਾ, ਸਮਾਨ ਇੱਥੋਂ ਹੀ ਜਾਂਦਾ ਤੂੜੀ ਦਾੜੀ ਘਰ ਨੂੰ, ਠੀਕ ਆ, ਤੇ ਨਾਲੇ ਆਹ ਸੈਟਅਪ ਤਿਆਰ ਹੋ ਰਿਹਾ ਹਲੇ, ਆਹ ਜਿਹੜਾ ਹਾਂ ਇਹ ਰਾਜਸਥਾਨੀ ਤਿਆਰ ਹੋਣਾ ਬਣਦਾ ਹੈ ਨਾ, ਵਧੀਆ ਮਤਲਬ ਭਾਈ ਲੇ ਦਾ ਕੰਮ ਕਾਫੀ ਪਿਆ ਇਹ ਸੈਟਅਪ ਦਾ, ਇਹ ਕੀ ਪਾਣੀ ਪੂਣੀ ਜਾਂ ਫਿਰ ਚ ਪਾਣੀ ਪੂਣੀ ਜਾਂ ਭਰਨਾ ਭਾਜੀ, ਹਾਂ ਕਾਫੀ ਕੁਛ ਡਿਫਰੈਂਟ ਜਿਹਾ ਹੀ ਆ ਵੀ, ਬਹੁਤ ਵਧੀਆ ਕਰ ਸਕਦਾ ਵੈਸੇ, ਬਾਕੀ ਕਰ ਰਹੇ ਅਪਡੇਟ ਹੌਲੀ 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 ਹੌਲੀ, ਸਭ ਕੁਛ ਕਰ ਲੈਣਾ, ਸਾਰਾ ਕੁਛ ਕਰ ਦੇਣਾ ਹੌਲੀ ਹੌਲੀ। ਬਹੁਤ ਵਧੀਆ ਹੈ ਵੀਰੇ, ਤੇ ਹੋਰ ਕੁਛ ਹੈਗਾ ਜਿਹੜਾ ਨਵਾਂ ਯਾਰ ਆਪਾਂ ਦਿਖਾਇਆ ਨੀ ਕਿ ਆਈ ਨਾ ਆਪਣੇ ਕੋਲ ਸੀਗਾ ਹਜੇ ਕੋਈ ਪੂਰਾ ਆਪਣਾ ਦਿਖਾਤੀ ਆਪਾਂ? ਹਾਂਜੀ, ਬਾਕੀ ਹਲੇ ਦੋ ਤਿੰਨ ਸੈਟਅਪ ਹੋਰ ਲਾਉਣੇ ਪਿੱਛੇ ਖੇਤਾਂ 'ਚ। ਅੱਛਾ, ਉਹ ਹਲੇ ਲਾਉਣੇ ਆ, ਉਹ ਤਾਂ ਆਪਦੀ ਆ। ਹਾਂਜੀ ਆਪਦੀ ਹੋਈ ਆ ਯਾਰ, ਬਹੁਤ ਵਧੀਆ ਭਰਾ। ਤੇ ਐ ਆ ਕਿ ਇਹ ਤਾਂ ਰੇਟ ਹੋ ਗਿਆ ਪ੍ਰੀ ਵੈਡਿੰਗ ਦਾ ਹਨਾ, ਹਾਂਜੀ, ਹੁਣ ਜੇ ਮੰਨ ਲਓ ਕਿ 12 ਘੰਟੇ ਤੋਂ ਵੱਧ ਯੂਜ਼ ਕਰਦਾ ਆ 13 ਤੋਂ, ਹਾਂਜੀ, ਤੇ ਉਹਦਾ ਫਿਰ 8 ਤੋਂ 4 ਦਿਨ ਹੋ ਜਾਂਦੇ ਆ। ਹਾਂਜੀ, ਉਹਦੇ 8 ਚਾਰ ਦੇ ਆ, ਜਿੱਦਾਂ ਹੁਣ ਕਿਸੇ ਨੇ ਮੂਵੀ ਸ਼ੂਟ ਕਰਨੀ ਆ ਜਾਂ 3-4 ਦਿਨ ਲਈ ਗਾਣੇ ਦਾ ਸ਼ੂਟ ਕਰਨਾ ਕਿ ਸਾਨੂੰ ਚਾਹੀਦਾ, ਫਿਰ ਰੇਟ ਤਾਂ ਥੋੜਾ ਬਹੁਤਾ ਸੈੱਟ ਹੁੰਦਾ ਹੀ ਹੋਊਗਾ, ਮਾੜਾ ਮੋਟਾ ਤਾਂ ਹੋ ਜਾਂਦਾ ਭਾਜੀ ਉਹਦੇ ਹਿਸਾਬ ਨਾਲ ਵੀ ਉਹਨਾਂ ਦੀ ਡਿਮਾਂਡ ਕੀ ਆ। ਹਾਂ, ਜਿੱਦਾਂ ਜਨਰੇਟਰ ਚਲਾਉਣਾ ਪੈ ਜਾਂਦਾ ਵੱਡੀਆਂ ਲਾਈਟਾਂ ਤੇ ਸਪੈਸ਼ਲ, ਉਹ ਥੋੜਾ ਗਾਣੇ ਵਾਲਿਆਂ ਦਾ ਮੂਵੀ ਵਾਲਾ ਸੈਟਅਪ ਹੋ ਰਿਹਾ, ਫਿਰ ਉਹਦੇ ਹਿਸਾਬ ਨਾਲ ਰੇਟ ਡਿਸਾਈਡ ਕਰਨਾ ਪੈਂਦਾ, ਤਕੜਾ ਹੁੰਦਾ ਥੋੜਾ ਜਿਹਾ, ਉਹ ਤਕੜਾ ਹੁੰਦਾ ਉਹਨਾਂ ਦਾ, ਕਿ ਉਹਨਾਂ ਨੇ ਆਪਣਾ ਤਾਮਾ ਝਾਮਾ ਲਾਉਣਾ, ਉਹ ਕੀ ਹੁੰਦੇ ਆ ਉਹ ਚਿੱਟੇ ਚਿੱਟੇ ਜਿਹੇ ਲੰਬੇ ਲਾਈਟਾਂ ਲੂਟਾਂ ਹੀ ਸਾਰਾ ਕੁਝ ਲਾਉਂਦੇ ਉਹ ਸਾਰਾ ਕੁਝ, ਸਾਰਾ ਵੱਡਾ ਹੀ ਸੈਟਅਪ ਹੁੰਦਾ ਉਹਨਾਂ ਦਾ। ਤੇ ਆਹ ਸਾਰਾ ਕੁਝ ਹੈਗਾ ਆ, ਹੁਣ ਇਹ ਆ ਵੀਰੇ ਸਾਰੀ ਤਾਂ ਆਪਾਂ ਫਿਲਮ ਜੀ ਦੀ ਦਿਖਾਤੀ, ਹਾਂਜੀ, ਹੁਣ ਜੇ ਮੰਨ ਲਾ ਬਈ ਆਪਣੇ ਕੋਲੇ ਕਿਸੇ ਨੇ ਆਉਣਾ ਹੋਵੇ ਸਿੱਧਾ ਹਨਾ, ਹੁਣ ਮੈਂ ਤਾਂ ਲੋਕੇਸ਼ਨ ਲਾ ਕੇ ਆ ਗਿਆ, ਹਾਂਜੀ, ਜੇ ਕਿਸੇ ਨੇ ਆਉਣਾ ਤਾਂ ਆਉਣ ਕਿੱਦਾਂ? ਆਪਣੇ ਭਾਜੀ ਆ ਚੰਡੀਗੜ੍ਹ ਬਾਈਪਾਸ ਆ ਨੇਰ ਧੰਨ ਗੁਰੂ ਰਾਮਦਾਸ ਲੰਗਰ ਹਾਲ ਆ, ਸਾਰਿਆਂ ਨੂੰ ਪਤਾ ਉੱਥੇ 24 ਘੰਟੇ ਲੰਗਰ ਸੇਵਾ ਚੱਲਦੀ, ਉਹਦੇ ਆਪੋਜ਼ਿਟ ਸਾਈਡ ਹੀ ਆ ਸਾਹਮਣੇ ਆਪਣੀ ਲਈ, ਬਿਲਕੁਲ ਸਾਹਮਣੇ ਤੁਸੀਂ ਉਤਰੂਗੇ ਤੇ ਬਾਈ ਸਿੱਧਾ ਜਾ ਕੇ ਖੱਬੇ, ਤੁਹਾਨੂੰ ਵੈਸੇ ਉਹਦਾ ਰੋਡ ਤੇ ਪਤਾ ਲੱਗ ਜਾਣਾ, ਬਾਹਰੋਂ ਹਵੇਲੀਆਂ ਬਣੀਆਂ ਬਿਲਕੁਲ, ਤੇ ਬਾਕੀ ਨੰਬਰ ਮੈਂ ਬਾਈ ਦੇ ਸਕਰੀਨ ਤੇ ਦੇਣ ਲੱਗੇ ਆ, ਆਈ ਡੀ ਵੀ ਸਕਰੀਨ ਤੇ ਦੇਣ ਲੱਗੇ ਆ, ਖਾਸ ਕਰਕੇ ਫੋਲੋ ਕਰ ਲਓ, ਉਹਦੇ ਨਾਲ ਕੀ ਫਾਇਦਾ ਹੁੰਦਾ, ਇਸ ਸੀਜ਼ਨ ਤੁਸੀਂ ਨਹੀਂ ਵਿਆਹ ਕਰਾਉਣਾ, ਅਗਲੇ ਸੀਜ਼ਨ ਕਰਾਉਣਾ ਹੋਊਗਾ, ਨਾਲੇ ਆਪਣੇ ਉੱਤੇ ਇੰਸਟਾਗ੍ਰਾਮ ਤੇ ਅਪਡੇਟ ਕਰਦੇ ਕਰਨਗੇ ਬਈ ਐਤ ਕੇ ਪਾ ਨਵਾਂ ਬਣਾਤਾ, ਹਾਂਜੀ ਹਾਂਜੀ, ਉਹ ਤੁਸੀਂ ਉਹਦੇ ਅਪਡੇਟ ਕਰੀ ਜਾਂਦੇ ਉਹਦੇ ਉੱਤੇ, ਤੇ ਉਹ ਫੋਲੋ ਜ਼ਰੂਰ ਕਰੋ, ਉਹਦਾ ਫਾਇਦਾ ਪਤਾ ਕੀ ਹੁੰਦਾ ਆ, ਇਹਨੂੰ ਬਾਰ ਬਾਰ ਬਾਈ ਨੂੰ ਆਪਣੇ ਨੂੰ ਨਾ ਯੂਟਿਊਬਰਾਂ ਨੂੰ ਬੁਲਾਉਣ ਦੀ ਲੋੜ ਨਾ ਪਵੇ, ਹੈ ਉੱਥੇ ਫੋਲੋ ਕਰਕੇ ਰੱਖੋ ਕਿ ਬਾਈ ਨੂੰ ਸਾਡੀ ਲੋੜ ਨਾ ਪਵੇ, ਤੁਸੀਂ ਆਪਣੇ ਆਪ ਹੀ ਆ ਜਾਓ, ਇਹ ਸਗੋਂ ਅਸੀਂ ਆਪ ਕਹਿੰਦੇ ਹਾਂ ਕਿ ਭਰਾਵੋ ਕਿ ਕੱਲ੍ਹ ਨੂੰ ਸਾਨੂੰ ਆਪ ਨੂੰ ਹੁੰਦਾ ਯਾਰ, ਅਸੀਂ ਕਿਸੇ ਬੰਦੇ ਦਾ ਭਲਾ ਕੀਤਾ ਸੀਗਾ ਕਿ ਬਾਈ ਤੁਹਾਨੂੰ ਯਾਦ ਰੱਖੂ ਸਾਰੀ ਜ਼ਿੰਦਗੀ, ਤੇ ਬਾਈ ਨੇ ਕਲੈਬਾ ਕਲੂਬਾ ਕਰਕੇ ਆਪਾਂ ਚੱਕ ਦੇਣਾ ਉਹ ਵੀ ਕੰਮ, ਤੇ ਬਾਕੀ ਜੱਟੋ ਏਦਾਂ ਆ ਕਿ ਪੰਜਾਬੋਂ ਬਾਹਰ ਜਾਣ ਦੀ ਲੋੜ ਨਹੀਂ ਹੈਗੀ, ਇਹ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਆ, ਆਪਣੇ ਪੰਜਾਬ 'ਚ ਬਹੁਤ ਕੁਛ ਹੈਗਾ ਆ, ਬਾਈ ਕੋਲੇ ਆਓ ਸ਼ੂਟ ਕਰੋ, ਮੇਰਾ ਨਾਂ ਲੈ ਦਿਓ, ਥੋੜਾ ਬਹੁਤਾ ਰੇਟ ਤਾਂ ਘਟਾਉਂਗੇ, ਕੋਈ ਨਹੀਂ ਕਰ ਲਾਂਗੇ, ਤੁਹਾਡਾ ਮਾਣ ਕਰਨਾ ਮੈਂ ਹੁਣ, ਤੇ ਬਾਈ ਕਰੂਗਾ ਜੈਜ,
ਤੇ ਬਾਕੀ ਮਿੱਤਰੋ ਚਲੋ ਆਸ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਫਿਲਮ ਸਿਟੀ ਤੁਹਾਨੂੰ ਵਧੀਆ ਲੱਗੀ ਹੋਊਗੀ, ਸਾਡਾ ਭਰਾ ਤੁਹਾਨੂੰ ਵਧੀਆ ਲੱਗਿਆ ਹੋਊਗਾ, ਇਹਦਾ ਕੱਟ ਖਾਣਾ ਵੀ ਵਧੀਆ ਲੱਗਿਆ ਹੋਊਗਾ, ਤੇ ਜੇ ਨਹੀਂ ਵੀ ਵਧੀਆ ਲੱਗਿਆ ਫਿਰ ਆ ਕੇ ਦੇਖੋ ਫਿਰ ਪੱਕਾ ਵਧੀਆ ਲੱਗੂਗਾ, ਤੇ ਬਾਕੀ ਤੁਹਾਡਾ ਸਾਰਿਆਂ ਦਾ ਤੇ ਬਾਈ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਜੱਟਾ, ਟਾਈਮ ਕੱਢ ਕੇ ਸਾਡੇ ਲਈ ਕੈਮਰਾ।